8,25,000 ਰੁਪਿਆ ਮੈਂ ਆਪਣੀ ਭੈਣ ਦੇ ਵਿਆਹ ਲਈ ਦਾਰੇ ਲਏ ਸੀ। ਉਹਦੀ ਮਾਸੀ ਦੀ ਲੜਕੀ ਜਿਹੜੀ ਅਮਰਜੀਤ ਕੌਰ ਹੈ, ਉਹਨੇ ਪਹਿਲਾਂ ਹੀ ਬੰਦਿਆਂ ਨਾਲ ਸਾਜ਼ਬਾਜ਼ ਕੀਤੀ ਸੀ ਕਿ ਮੈਂ ਜਦੋਂ ਉੱਥੇ ਆਵਾਂਗੇ ਤਾਂ ਤੁਸੀਂ ਵਿੱਚੋਂ ਪੈਸੇ ਕੱਢ ਦਿਆਂ। ਮਲਕੀਤ ਸਿੰਘ ਅਤੇ ਅਮਰਜੀਤ ਕੌਰ ਜਦੋਂ ਅਕੈਡਮੀ ਦੇ ਅੰਦਰ ਚਲੇ ਗਏ ਕਾਰ ਬਾਹਰ ਖੜ੍ਹੀ ਕਰਕੇ, ਇਹਨਾਂ ਦੀ ਪਹਿਲੀ ਪਲੈਨਿੰਗ ਦੇ ਅਕੋਰਡਿੰਗਲੀ ਨਾਲ ਇਹਦੇ ਜਿਹੜੇ ਹੋਰ ਬੰਦਾ ਗੁਰਜੀਤ ਸਿੰਘ ਸੀ ਉਹ ਅਮਰਜੀਤ ਕੌਰ ਦੇ ਪਹਿਲਾਂ ਹੀ ਤਾਲਮੇਲ ਦੇ ਵਿੱਚ ਸੀ, ਉਹਨਾਂ ਨੇ ਸ਼ੀਸ਼ਾ ਤੋੜ ਕੇ 8,25,000 ਰੁਪਈਏ ਕੱਢ ਲਏ। ਅਮਰਜੀਤ ਕੌਰ ਦਾ ਜਿਹੜਾ ਉਹ ਭਾਂਡਾ ਫੁੱਟ ਗਿਆ, ਉਹਨੂੰ ਗ੍ਰਿਫਤਾਰ ਕਰ ਲਿਆ, ਨਾਲ ਦੋ ਬੰਦੇ ਹੋਰ ਗੁਰਜੀਤ ਸਿੰਘ ਕਰ ਲਿਆ। ਜਿਹੜਾ ਗੁਰਜੀਤ ਸਿੰਘ ਇਹ ਆਰਮੀ ਦੇ ਵਿੱਚੋਂ ਗੈਰ ਹਾਜ਼ਰ, ਜਿਹੜੀ ਕਾਰ ਇਹਨਾਂ ਨੇ ਵਰਤੀ ਇਸ ਵਾਰਦਾਤ ਦੇ ਵਿੱਚ ਉਹ ਵੀ ਚੋਰੀ ਹੋਈ ਆ ਹਰਿਆਣੇ ਦੇ ਵਿੱਚ। ਚੌਂਕੀ ਦੇ ਵਿੱਚ ਅਕਾਲ ਅਕੈਡਮੀ ਕੋਲੋਂ ਕਾਰ ਖੜ੍ਹੀ ਦੇ ਵਿੱਚੋਂ 8,25,000 ਰੁਪਈਏ ਸ਼ੀਸ਼ਾ ਤੋੜ ਕੇ ਕੱਢ ਲਏ ਸੀ। ਇਹਦੇ 'ਚ ਮਲਕੀਤ ਸਿੰਘ ਦੇ ਬਿਆਨਾਂ ਦੇ ਉੱਤੇ ਪਰਚਾ ਦਰਜ ਕੀਤਾ ਸੀ, ਜਿਹਨੇ ਕਿ ਦੱਸਿਆ ਕਿ 8,25,000 ਰੁਪਇਆ ਮੈਂ ਆਪਣੀ ਭੈਣ ਦੇ ਵਿਆਹ ਲਈ ਦਾਰੇ ਲਏ ਸੀ, ਤੋਂ ਆਪਦੀ ਮਾਸੀ ਦੀ ਕੁੜੀ ਅਮਰਜੀਤ ਕੌਰ ਨੂੰ ਨਾਲ ਲੈ ਕੇ ਵਾਪਸ ਕਰਨ ਜਾ ਰਿਹਾ ਸੀ। ਤਾਂ ਉਹਦੀ ਮਾਸੀ ਦੀ ਕੁੜੀ ਨੇ ਕਿਹਾ ਕਿ ਅਕੈਡਮੀ ਦੇ ਵਿੱਚ ਮੈਂ ਆਪਣੀ ਲੜਕੀ ਦੀ ਫੀਸ ਭਰਨੀ ਹੈ ਅਤੇ ਉੱਥੇ ਰੁਕਣਾ। ਉਹਦੀ ਮਾਸੀ ਦੀ ਲੜਕੀ ਜਿਹੜੀ ਅਮਰਜੀਤ ਕੌਰ ਹੈ, ਉਹਨੇ ਪਹਿਲਾਂ ਹੀ ਬੰਦਿਆਂ ਨਾਲ ਸਾਜ਼ਬਾਜ਼ ਕੀਤੀ ਸੀ ਕਿ ਮੈਂ ਜਦੋਂ ਉੱਥੇ ਆਵਾਂਗੇ ਤਾਂ ਤੁਸੀਂ ਵਿੱਚੋਂ ਪੈਸੇ ਕੱਢ ਦਿਆਂ। ਅਤੇ ਮਲਕੀਤ ਸਿੰਘ ਅਤੇ ਅਮਰਜੀਤ ਕੌਰ ਜਦੋਂ ਅਕੈਡਮੀ ਦੇ ਅੰਦਰ ਚਲੇ ਗਏ ਕਾਰ ਬਾਹਰ ਖੜ੍ਹੀ ਕਰਕੇ, ਇਹਨਾਂ ਦੀ ਪਹਿਲੀ ਪਲੈਨਿੰਗ ਦੇ ਅਕੋਰਡਿੰਗਲੀ ਹੀ ਨਾਲ ਇਹਦੇ ਜਿਹੜੇ ਹੋਰ ਬੰਦਾ ਗੁਰਜੀਤ ਸਿੰਘ ਸੀ ਉਹ ਅਮਰਜੀਤ ਕੌਰ ਦੇ ਪਹਿਲਾਂ ਹੀ ਤਾਲਮੇਲ ਦੇ ਵਿੱਚ ਸੀ, ਉਹਨਾਂ ਨੇ ਸ਼ੀਸ਼ਾ ਤੋੜ ਕੇ 8,25,000 ਰੁਪਈਏ ਕੱਢ ਲਏ। ਇਹਨਾਂ ਦੀ ਸਾਡੀ ਟੀਮ ਨੇ ਇਨਵੈਸਟੀਗੇਸ਼ਨ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਔਰ ਇਹਦੇ ਵਿੱਚ ਅਮਰਜੀਤ ਕੌਰ ਦਾ ਜਿਹੜਾ ਉਹ ਭਾਂਡਾ ਫੁੱਟ ਗਿਆ, ਉਹਨਾਂ ਨੂੰ ਉਹਨੂੰ ਗ੍ਰਿਫਤਾਰ ਕਰ ਲਿਆ, ਨਾਲ ਦੋ ਬੰਦੇ ਹੋਰ ਗੁਰਜੀਤ ਸਿੰਘ ਕਰ ਲਿਆ। ਜਿਹੜਾ ਗੁਰਜੀਤ ਸਿੰਘ ਇਹ ਆਰਮੀ ਦੇ ਵਿੱਚੋਂ ਗੈਰ ਹਾਜ਼ਰ, ਇਹਦੇ 'ਤੇ ਖਿਲਾਫ ਪਹਿਲਾਂ ਵੀ ਦੋ ਪਰਚੇ ਜਿਹੜੇ ਦਰਜ ਹੋਏ ਨੇ। ਜਿਹੜੀ ਕਾਰ ਇਹਨਾਂ ਨੇ ਵਰਤੀ ਇਸ ਵਾਰਦਾਤ ਦੇ ਵਿੱਚ ਉਹ ਵੀ ਚੋਰੀ ਹੋਈ ਆ ਹਰਿਆਣੇ ਦੇ ਵਿੱਚੋਂ, ਉੱਥੇ ਜਿਹੜਾ ਕੇਸ ਆਲਰੇਡੀ ਪਹਿਲਾਂ ਰਜਿਸਟਰ ਹੈ। ਇੱਕ ਬੰਦਾ ਜਿਹੜਾ ਹੋਰ ਨਾਲ ਹੈ ਉਹ ਵੀ ਅਸੀਂ ਜਿਹੜਾ ਹੈ ਲਖਦੀਪ ਸਿੰਘ ਉਹ ਅਸੀਂ ਗ੍ਰਿਫਤਾਰ ਕਰ ਲਿਆ ਅਤੇ ਇੱਕ ਹੋਰ ਰਹਿੰਦਾ ਸਾਡੇ ਕੋਲ ਜਿਹੜਾ ਪੁਸ਼ਪਿੰਦਰ ਸਿੰਘ, ਇਹਨੂੰ ਗ੍ਰਿਫਤਾਰ ਜਲਦੀ ਕਰਾਂਗੇ। ਅਤੇ 8,25,000 ਰੁਪਏ ਜਿਹੜੇ ਨਾ ਖੋਏ ਸੀ ਉਹਦੇ ਵਿੱਚੋਂ 6,40,000 ਰੁਪਏ ਪੁਲਿਸ ਪਾਰਟੀ ਵੱਲੋਂ ਜਿਹੜੇ ਉਹ ਬਰਾਮਦ ਕਰ ਲਏ ਗਏ ਨੇ ਅਤੇ ਇਹਨਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਕਰਾਂਗੇ। ਜਿਹੜੇ ਹੋਰ ਪੈਸੇ ਰਹਿੰਦੇ ਨੇ ਉਹ ਵੀ ਰਿਕਵਰ ਕਰਾਉਣ ਦੀ ਪੂਰੀ ਜਿਹੜੀ ਕੋਸ਼ਿਸ਼ ਕਰਾਂਗੇ। ਥੈਂਕ ਯੂ। ਜਿਹੜੀਆਂ ਮੀਟਿੰਗਸ ਹੋਈਆਂ ਨੇ ਅਤੇ ਤੁਹਾਡੇ ਜ਼ਰੀਏ ਮੈਂ ਅਪੀਲ ਕਰਾਂਗਾ ਪਬਲਿਕ ਨੂੰ ਕਿ ਉਹ ਆਪਣੇ ਜਿਹੜੇ ਵੈਪਨ ਨੇ ਉਹ ਜਲਦੀ ਤੋਂ ਜਲਦੀ ਸੰਬੰਧਿਤ ਪੁਲਿਸ ਸਟੇਸ਼ਨ ਨਾਲ ਜਮ੍ਹਾਂ ਕਰਾਉਣ ਜਾਂ ਜਿਹੜੇ ਨੇੜੇ ਉਹਨਾਂ ਦੇ ਗਨ ਹਾਊਸ ਹੈਗੇ ਨੇ ਉੱਥੇ ਜਮ੍ਹਾਂ ਕਰਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਜਿਹੜੀ ਆਪਾਂ ਆਪਣੀ ਜਿਹੜੀ ਰਸੀਦ ਹੈ ਉਹ ਦਿਖਾ ਦੇਣਾ। ਅਤੇ ਸੈਕਿੰਡਲੀ ਸਿਆਲਾਂ ਦੇ ਦਿਨ ਨੇ, ਤੁਹਾਡੇ ਜ਼ਰੀਏ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਪਿੰਡਾਂ ਦੇ ਵਿੱਚ ਆਪਾਂ ਆਪਣੇ ਠਿਕਰੀ ਪੈਰੇ ਲਾਉਣ ਤਾਂ ਕਿ ਕਿਤੇ ਕੋਈ ਅਣਸਕਾਮੀ ਘਟਨਾ ਨਾ ਵਾਪਰੇ। ਇਸੇ ਤਰੀਕੇ ਹੀ ਗੁਰਦੁਆਰਾ ਸਾਹਿਬ, ਮੰਦਰ, ਮਸਜਿਦ, ਜਿੰਨੇ ਸਾਡੇ ਧਾਰਮਿਕ ਅਸਥਾਨ ਨੇ ਉਹਨਾਂ 'ਤੇ ਡੇ ਐਂਡ ਨਾਈਟ ਜਿਹੜੀ ਹੈ ਆਪਦੇ ਉੱਥੇ ਸੇਵਾਦਾਰਾਂ ਦੀ ਪਿੰਡ ਦੇ ਵਿੱਚੋਂ ਸਾਰੇ ਲੋਕ ਆਪਣੇ ਉੱਥੇ ਪਹਿਰੇ ਲਾਉਣ ਤਾਂ ਕਿ ਕਿਤੇ ਵੀ ਕੋਈ ਬੇਅਦਬੀ ਦੀ ਘਟਨਾ ਜਿਹੜੀ ਹੈ ਉਹ ਨਾ ਵਾਪਰੇ ਜੀ। ਅਤੇ ਇਹ ਮੇਰੇ ਵੱਲੋਂ ਅਪੀਲ ਜ਼ਰੂਰ ਲਾ ਦੇਣੀ ਸਾਰਿਆਂ ਨੂੰ ਵੀ ਹਰੇਕ ਧਾਰਮਿਕ ਅਸਥਾਨ ਜਿਹੜੇ ਨੇ ਉਹ ਆਪਾਂ ਆਪਣੇ ਏਰੀਏ ਦੇ ਲੋਕ ਇਹਨਾਂ ਨੂੰ ਕਵਰ ਕਰਕੇ ਰੱਖਣ ਅਤੇ ਜਿਹੜੇ ਵੈਪਨ ਨੇ ਉਹ ਜਲਦੀ ਤੋਂ ਜਲਦੀ ਜਿਹੜੇ ਆਪਣੇ ਜਮ੍ਹਾਂ ਕਰਾਉਣ। ਮਾਣਯੋਗ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਹਦਾਇਤਾਂ ਸਰ, ਇੱਕ ਛੋਟੀ ਜਿਹੀ ਗੁਜ਼ਾਰਿਸ਼ ਹੋ ਰਿਹਾ ਸਰ, ਜਿਵੇਂ ਦੇਰ ਹੈ।
पर हनेर नहीं कि तुसी परेशान हो, आज ही संपर्क करो गुरु बशीर खान, कॉल करो 98154-60-54। पता लुधियाना। हर परेशानी दा हाल पाओ 100% गारंटी दे नाल। परेशानी जिवे व्याह विच रुकावट, खोया प्यार वापस पाउणा, पति पत्नी विच झगड़ा, सौतन दुश्मन तो छुटकारा, विदेश यात्रा, इमीग्रेशन मसले, औलाद सुख, बुरे सुपने, बीमारी विच दवा दा ना लगना। लाटरी नंबर पाओ भावे 649 हो या मेगा मिलियन। हर जगह तो निराश ते धोखा खा चुके दुखी भैन भरा एक बार जरूर संपर्क करो, मैं तुहानू खून दे हंजू नहीं रोण दियांगा। इट्स माई प्रोमिस। गुरु बशीर खान 98154-60-54।